ਇਹ ਬੁਲਟ ਖੜਾ ਇਹ ਮੁੰਡਾ ਇੱਧਰ ਇੱਧਰਾਂ ਇਹ ਪਟਾਕੇ ਮਾਰਦਾ ਸੀ ਬੁਲਟ ਅਤੇ ਪਟਾਕੇ ਮਾਰਦਾ ਜਿਹਦੇ 'ਚ ਲੋਕਾਂ ਨੇ ਜੇ ਕਿਸੇ ਦਾ ਫਾਦਰ ਬਿਮਾਰ ਸੀ ਉਹਨਾਂ ਨੂੰ ਪ੍ਰੋਬਲਮ ਆਈ ਉਹਨਾਂ ਨੇ ਮੈਸੇਜ ਕੀਤੇ ਮੈਨੂੰ ਵੀ ਆਹ ਗੱਲਬਾਤ ਹੋ ਜੂ ਉੱਥੇ ਪਰ ਲੋਕ ਇਕੱਠੇ ਵੀ ਹੋਏ ਸੀ ਜਿਹਦੇ ਕਰਕੇ ਫਿਰ ਆਪਾਂ ਆ ਕੇ ਇਸ ਬੁਲਟ ਨੂੰ ਜਿਹੜਾ ਆਪਾਂ ਉਹਦਾ ਪਿੱਛਾ ਕੀਤਾ ਅਤੇ ਜਦੋਂ ਫਿਰ ਇਹ ਆਪਣੇ ਘਰ ਵੜਿਆ ਘਰ ਆ ਕੇ ਤਾਂ ਮੁਸਲਮਾਨ ਅਤੇ ਸਾਡੇ ਅਫਸਰਾਂ ਵੱਲੋਂ ਸਖਤ ਹਦਾਇਤਾਂ ਨੇ SSC ਪੰਜਾਬ ਵੱਲੋਂ ਪਟਿਆਲਾ ਵੱਲੋਂ DSP ਸ਼੍ਰੀ ਰਾਮ ਸਾਡੇ ਟ੍ਰੈਫਿਕ ਨੇ ਸਖਤ ਹਦਾਇਤ ਜਿਹੜਾ ਬੁਲਟ ਪਟਾਕੇ ਮਾਰਦਾ ਸਲੰਸਰ ਚੇਂਜ ਦੇ ਬਿਨਾਂ ਨੰਬਰ ਜਿਹੜੇ ਬੁਲਟ ਨੇ ਜਾਂ ਕੋਈ ਦਾਰੂ ਪੀ ਕੇ ਮੋਟਰਸਾਈਕਲ ਵਾਹੀਕਲ ਚਲਾਉਂਦਾ ਇਹਨਾਂ ਸਾਰਿਆਂ ਨੂੰ ਫੜ ਕੇ ਇਹਨਾਂ ਦੇ ਚਲਾਣ ਅਗਲੇਰੀ ਕਾਰਵਾਈ ਅਗਲੀ ਕਾਰਵਾਈ ਕੁਛ ਨਹੀਂ ਮੈਂ ਦੇਖਿਆ ਇਹਨਾਂ ਚਲੋ ਕਦੋਂ ਤਾਂ ਹੈ ਗਰੀਬ ਨੇ ਬੰਦੇ ਬਹੁਤ ਜ਼ਿਆਦਾ ਇਹਨਾਂ ਦਾ ਚਲਾਣ ਕਰਾਂਗੇ ਸਲੰਸਰ ਚੇਂਜ ਕਰਾਵਾਂਗੇ ਇਹਨਾਂ ਦੇ ਸਲੰਸਰ ਚੇਂਜ ਕਰਾ ਕੇ ਸਾਰਾ ਕੁਛ ਕਰਕੇ ਅਤੇ ਇਹਨਾਂ ਨੂੰ ਚਲਾਣ ਕੱਟ ਕੇ ਜਾਵਾਂਗੇ ਇਹ ਬੁਲਟ ਖੜਾ ਇਹ ਮੁੰਡਾ ਇੱਧਰ ਇੱਧਰਾਂ ਇਹ ਪਟਾਕੇ ਮਾਰਦਾ ਸੀ ਬੁਲਟ ਅਤੇ ਪਟਾਕੇ ਮਾਰਦਾ ਜਿਹਦੇ 'ਚ ਲੋਕਾਂ ਨੇ ਜੇ ਕਿਸੇ ਦਾ ਫਾਦਰ ਬਿਮਾਰ ਸੀ ਉਹਨਾਂ ਨੂੰ ਪ੍ਰੋਬਲਮ ਆਈ ਉਹਨਾਂ ਨੇ ਮੈਸੇਜ ਕੀਤੇ ਮੈਨੂੰ ਵੀ ਆਹ ਗੱਲਬਾਤ ਹੋ ਜੂ ਉੱਥੇ ਪਰ ਲੋਕ ਇਕੱਠੇ ਵੀ ਹੋਏ ਸੀ ਜਿਹਦੇ ਕਰਕੇ ਫਿਰ ਆਪਾਂ ਆ ਕੇ ਇਸ ਬੁਲਟ ਨੂੰ ਜਿਹੜਾ ਆਪਾਂ ਉਹਦਾ ਪਿੱਛਾ ਕੀਤਾ ਅਤੇ ਜਦੋਂ ਫਿਰ ਇਹ ਆਪਣੇ ਘਰ ਵੜਿਆ ਘਰ ਆ ਕੇ ਤਾਂ ਮੁਸਲਮਾਨ ਅਤੇ ਸਾਡੇ ਅਫਸਰਾਂ ਵੱਲੋਂ ਸਖਤ ਹਦਾਇਤਾਂ ਨੇ SSC ਪੰਜਾਬ ਵੱਲੋਂ ਪਟਿਆਲਾ ਵੱਲੋਂ DSP ਸ਼੍ਰੀ ਰਾਮ ਸਾਡੇ ਟ੍ਰੈਫਿਕ ਨੇ ਸਖਤ ਹਦਾਇਤ ਜਿਹੜਾ ਬੁਲਟ ਪਟਾਕੇ ਮਾਰਦਾ ਸਲੰਸਰ ਚੇਂਜ ਦੇ ਬਿਨਾਂ ਨੰਬਰ ਜਿਹੜੇ ਬੁਲਟ ਨੇ ਜਾਂ ਕੋਈ ਦਾਰੂ ਪੀ ਕੇ ਮੋਟਰਸਾਈਕਲ ਵਾਹੀਕਲ ਚਲਾਉਂਦਾ ਇਹਨਾਂ ਸਾਰਿਆਂ ਨੂੰ ਫੜ ਕੇ ਇਹਨਾਂ ਦੇ ਚਲਾਣ ਅਗਲੇਰੀ ਕਾਰਵਾਈ ਅਗਲੀ ਕਾਰਵਾਈ ਕੁਛ ਨਹੀਂ ਮੈਂ ਦੇਖਿਆ ਇਹਨਾਂ ਦਾ ਚਲੋ ਕਦੋਂ ਤਾਂ ਹੈ ਗਰੀਬ ਨੇ ਬੰਦੇ ਬਹੁਤ ਜ਼ਿਆਦਾ ਇਹਨਾਂ ਦਾ ਚਲਾਣ ਕਰਾਂਗੇ ਸਲੰਸਰ ਚੇਂਜ ਕਰਾਵਾਂਗੇ ਇਹਨਾਂ ਦੇ ਸਲੰਸਰ ਚੇਂਜ ਕਰਾ ਕੇ ਸਾਰਾ ਕੁਛ ਕਰਕੇ ਅਤੇ ਇਹਨਾਂ ਨੂੰ ਚਲਾਣ ਕੱਟ ਕੇ ਜਾਵਾਂ ਇਹ ਬੁਲਟ ਖੜਾ ਇਹ ਮੁੰਡਾ ਇੱਧਰਾਂ ਇਹ ਪਟਾਕੇ ਮਾਰਦਾ ਸੀ ਬੁਲਟ ਅਤੇ ਪਟਾਕੇ ਮਾਰਦਾ ਜਿਹਦੇ 'ਚ ਲੋਕਾਂ ਨੇ ਜੇ ਕਿਸੇ ਦਾ ਫਾਦਰ ਬਿਮਾਰ ਸੀ ਉਹਨਾਂ ਨੂੰ ਪ੍ਰੋਬਲਮ ਆਈ ਉਹਨਾਂ ਨੇ ਮੈਸੇਜ ਕੀਤੇ ਮੈਨੂੰ ਵੀ ਆਹ ਗੱਲਬਾਤ ਹੋ ਜੂ ਉੱਥੇ ਪਰ ਲੋਕ ਇਕੱਠੇ ਵੀ ਹੋਏ ਸੀ ਜਿਹਦੇ ਕਰਕੇ ਫਿਰ ਆਪਾਂ ਆ ਕੇ ਇਸ ਬੁਲਟ ਨੂੰ ਜਿਹੜਾ ਆਪਾਂ ਉਹਦਾ ਪਿੱਛਾ ਕੀਤਾ ਅਤੇ ਜਦੋਂ ਫਿਰ ਇਹ ਆਪਣੇ ਘਰ ਵੜਿਆ ਘਰ ਆ ਕੇ ਤਾਂ ਮੁਸਲਮਾਨ ਅਤੇ ਸਾਡੇ ਅਫਸਰਾਂ ਵੱਲੋਂ ਸਖਤ ਹਦਾਇਤਾਂ ਨੇ SSC ਪੰਜਾਬ ਵੱਲੋਂ ਪਟਿਆਲਾ ਵੱਲੋਂ DSP ਸ਼੍ਰੀ ਰਾਮ ਸਾਡੇ ਟ੍ਰੈਫਿਕ ਨੇ ਸਖਤ ਹਦਾਇਤ ਜਿਹੜਾ ਬੁਲਟ ਪਟਾਕੇ ਮਾਰਦਾ ਸਲੰਸਰ ਚੇਂਜ ਦੇ ਬਿਨਾਂ ਨੰਬਰ ਜਿਹੜੇ ਬੁਲਟ ਨੇ ਜਾਂ ਕੋਈ ਦਾਰੂ ਪੀ ਕੇ ਮੋਟਰਸਾਈਕਲ ਵਾਹੀਕਲ ਚਲਾਉਂਦਾ ਇਹਨਾਂ ਸਾਰਿਆਂ ਨੂੰ ਫੜ ਕੇ ਇਹਨਾਂ ਦੇ ਚਲਾਣ ਅਗਲੇਰੀ ਕਾਰਵਾਈ ਅਗਲੀ ਕਾਰਵਾਈ ਕੁਛ ਨਹੀਂ ਮੈਂ ਦੇਖਿਆ ਇਹਨਾਂ ਦਾ ਚਲੋ ਕਦੋਂ ਤਾਂ ਹੈ ਗਰੀਬ ਨੇ ਬੰਦੇ ਬਹੁਤ ਜ਼ਿਆਦਾ ਇਹਨਾਂ ਦਾ ਚਲਾਣ ਕਰਾਂਗੇ ਸਲੰਸਰ ਚੇਂਜ ਕਰਾਵਾਂਗੇ ਇਹਨਾਂ ਦੇ ਸਲੰਸਰ ਚੇਂਜ ਕਰਾ ਕੇ ਸਾਰਾ ਕੁਛ ਕਰਕੇ ਅਤੇ ਇਹਨਾਂ ਨੂੰ ਚਲਾਣ ਕੱਟ ਕੇ ਜਾਵਾਂ ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV YouTube Facebook Instagram X और व्हाट्सएप चैनल पर।